अच्छा उन्हें बोल लो वीर जी कहते हमने खोल के देखो ओ गोप्रो ओ सारा ही सेट ही लिया दिता वाह खोलो जनाब वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह जी आस करते हैं सारे चढ़ती कला दे विच होवोगे जी खुश होवोगे ते असी आज जा रहे हैं जी एक परिवार दे ते लंगर छकन लई ते मैं क्या चलो ये भी व्लॉग बना लैंदे हैं ते बड़ा प्यार वाला परिवार ते बहुत श्रद्धा वाले परिवार सानू काफ़ी बारी कॉल्स आए उन्होंने ते मैं क्या चलो चलते हैं नाले ऐसे परिवार जिहड़े प्यार वाले हुंदे आ उहनां कोलों जाना चाहीदा समय चों समां कढ के तो चलदे आ जी आपां बाकी जो अपडेटां होणगियां तुहानूं दिंदे जांदे आ जी चलो जी ट्रैफिक आ अज ट्रैफिक बहुत आ स्टैंड स्टिल होया पिया काम नाले भी दस्सियो जी नवां कैमरा गोप्रो 11 खास बेनती की सानू तुसी ना सामने नहीं दसना नहीं है साडे बारे आई रिस्पेक्ट देयर प्राइवेसी है ना ते बाकी बहुत ही परिवार जिहड़ा सी प्यार वाला परिवार सी उहनां दे कीर्तन कीता प्रशादा छकिया तो उन्होंने सानू सरप्राइजली गोप्रो 11 दिता तो उस परिवार का बहुत बहुत धन्यवाद जबकि असी ना कंसीडर कर रहे थे असी सोचते पे थे कि हुण ना अपना गोप्रो जिहड़ा चेंज करिए 11 ले लीए पता नहीं शायद आप किसी ब्लॉग दे विच कह बैठे थे तो वह परिवार हैंग हो गया हाँ 9 हैंग हो रहा है बार बार तो असी सोचा सी भी हुण हैंग होना शुरू हो गया हुण आपां लै लईए दूजा वो कितने असी कह बैठे तो वह परिवार ने सुन लिया तो उन्होंने ना लैके रखा होया खैर खेचल तो मैं इस तरह लगती है भी कोई परिवार इस तरह खेचल करे तो वह पर प्यार दे अगे ना सिर चुक जाता खैर अज जा रहे हैं जी फिर आपां सारे व्लॉग जिहड़ा अज का व्लॉग हैगा ये गोप्रो 11 तो शूट हो रहा है तुसी दस्यो कि इहदी क्वालिटी किस तरह की हैगी है चलिए जी आओ ठीक है पुलिस जिधरों मर्जी कढ लवे रोंग राइट उन्दे वास्ते कुछ नहीं हैगा इत्थे हुणे हुणे लंघ के हटी पुलिस पुलिस दी गड्डी नहीं रेंट ते मिलदी इहने जिधरों मर्जी कढ सकदे सिमरन जी ठीक लग रही क्वालिटी क्या बात थोड़ा फर्क लग रहा है ना स्क्रीन ची दिखाने होर भी जिहड़ी फुटेज है ना बाहर दी देखो तुहानू पता लग जाएगा इहदी क्वालिटी दा
ਇਹਦੇ ਤੋਂ ਨਾ ਆਪਾਂ ਸਟਿਲ ਫੋਟੋਜ਼ ਵੀ ਖਿੱਚ ਸਕਦੇ ਹਾਂ। ਅੱਛਾ ਜੀ, ਹਾਂ ਹੈਗੀ ਆਪਸ਼ਨ। ਉਹ 90 ਵੀ ਸੀਗੀ? ਉਹ ਸੀਗੀ ਹੁੰਦੇ ਚ ਵੀ। ਅੱਛਾ, ਤੁਸੀਂ ਇਹ ਕਦੀ ਦੱਸਿਆ ਨਹੀਂ ਇਹਨਾਂ ਸਾਲਾਂ ਚ। ਕਹਿੰਦਾ ਉਹ ਦੋ ਤਰ੍ਹਾਂ ਦੀਆਂ ਭੇਡਾਂ ਖੜੀਆਂ ਸੀਗੀਆਂ, ਕਾਲੀਆਂ ਤੇ ਚਿੱਟੀਆਂ, ਤੇ ਇੱਕ ਬੰਦਾ ਆ ਕੇ ਨਾ ਉਹ ਉਹਦੇ ਮਾਲਕ ਨੂੰ ਪੁੱਛਣ ਲੱਗਾ ਵੀ ਕਹਿੰਦਾ ਵੀ ਇਹ ਭੇਡਾਂ ਕਿੰਦੀਆਂ। ਉਹ ਕਹਿੰਦਾ ਕਿਹੜੀਆਂ, ਕਾਲੀਆਂ ਕਿ ਚਿੱਟੀਆਂ? ਕਹਿੰਦਾ ਅੱਛਾ, ਕਹਿੰਦਾ ਚਲੋ ਕਾਲੀਆਂ ਦੱਸ ਦਿਓ ਕਿਹਦੀਆਂ। ਕਹਿੰਦਾ ਉਹ ਮੇਰੀਆਂ। ਕਹਿੰਦਾ ਤੇ ਚਿੱਟੀਆਂ? ਕਹਿੰਦਾ ਉਹ ਵੀ ਮੇਰੀਆਂ। ਅੱਛਾ, ਤੇ ਫਿਰ ਉਸ ਤੋਂ ਬਾਅਦ ਕੀ ਕਹਿੰਦਾ ਜੀ? ਕਹਿੰਦਾ ਕਿੰਨਾ ਦੁੱਧ ਦਿੰਦੀਆਂ? ਹਾਂ, ਕਿੰਨਾ ਦੁੱਧ ਦਿੰਦੀਆਂ? ਤੇ ਉਹ ਕਹਿੰਦਾ ਕਿਹੜੀਆਂ, ਕਾਲੀਆਂ ਕਿ ਚਿੱਟੀਆਂ? ਕਹਿੰਦਾ ਕਾਲੀ ਦੇ ਦਿੰਦੀ ਹੈ ਰੋਜ਼ ਦਾ ਕੋਈ 2-3 ਕੁ ਕਿਲੋ। ਕਹਿੰਦਾ ਚਿੱਟੀ? ਕਹਿੰਦਾ ਉਹ ਵੀ ਇੰਨਾ ਕੀ ਦੇ ਦਿੰਦੀ ਹੈ। ਸੋ ਗੱਲ ਇਹ ਆ ਵੀ ਇਹਦੇ ਵਿੱਚ ਵੀ ਸਟਿਲ ਕੈਮਰਾ ਹੈਗਾ ਤੇ ਉਹਦੇ ਚ ਵੀ ਸੀਗਾ। ਚਲੋ ਮਜ਼ਾਕ ਕਰਦੇ ਹਾਂ, ਥੋੜ੍ਹਾ ਹੱਸ ਲਓ, ਹਾਸੇ ਨਾਲ ਖੂਨ ਵੱਧ ਜਾਂਦਾ, ਇਹ ਗੱਲ ਪੱਕੀ ਹੈ। ਇਹਦੀ ਨਾ ਸਕਰੀਨ ਡਿਮ ਹੋ ਜਾਂਦੀ ਹੈ ਜਦੋਂ ਜ਼ਿਆਦਾ ਆਪਾਂ ਵਲੋਗਿੰਗ ਕਰਦੇ ਹੋਈਏ ਨਾ, ਅਤੇ ਉਹਦੇ ਨਾਲ ਬੈਟਰੀ ਜਿਹੜੀ ਕੰਜ਼ੰਪਸ਼ਨ ਹੈ ਨਾ ਉਹ ਘੱਟਦੀ ਹੈ। ਹਾਂ, ਬ੍ਰਾਈਟਨੈਸ ਇਹਦੀ ਨਾ ਡਾਊਨ ਹੋ ਜਾਂਦੀ ਹੈ ਕਰਦੇ ਕਰਦੇ। ਹਾਂ, ਦੇਖੀ 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 ਆਰਾਮ ਨਾਲ ਖਿੱਚ। ਦੇਖੋ ਜੀ, ਤੁਸੀਂ ਸ਼ਹਿਰ ਦੇਖੋ, ਇਧਰੋਂ ਕਦੀ ਵੀ ਨੀ ਆਏ, ਕਮਾਲ ਦੀ ਗੱਲ ਹੈ। ਮੇਰੇ ਖਿਆਲ ਇੱਕ ਵਾਰੀ ਆਏ ਸੀ, ਇੱਕ ਵਾਰੀ ਆਪਾਂ ਇਧਰ ਇਧਰੋਂ ਪਾਇਆ ਸੀ ਇਹਨੇ ਸਾਨੂੰ। ਚਲੋ ਕੋਈ ਨੀ, ਇਧਰੋਂ ਤੇ ਇਧਰੋਂ ਸੀ। ਬੱਚੇ ਝੂਲੇ ਝੂਲਦੇ ਪਏ ਜੀ, ਸਾਰਾ ਸਿਟੀ ਸੈਂਟਰ ਹੈ ਜੀ। ਚਰਚ ਲਓ ਜੀ, ਆ ਸਾਹਮਣੇ ਵੇਖੋ ਜੀ, ਖੰਡੇ ਵਾਲਾ ਚੌਂਕ ਇੰਗਲੈਂਡ ਦੇ ਵਿੱਚ, ਕਮਾਲ ਹੈ। ਬਾਬਾ ਜੀ ਹੁਣ ਉੱਥੇ ਕਿੱਥੇ ਖੜੀ ਹੈ ਅਸੀਂ? ਰੁਕ ਜਾ, ਆ ਥੋੜ੍ਹਾ ਅੱਗੇ ਅਗਲੇ ਪਾਸੇ ਲਗਾਉਂਦਾ, ਇੱਥੇ ਲਾਉਣਾ। ਚੱਲ 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 ਅੱਜ ਤਾਂ ਜਾਮ ਹੀ ਮਿਲੀ ਜਾ ਰਿਹਾ, ਭੁੱਖ ਵੀ ਲੱਗੀ ਉੱਤੋਂ, ਭੁੱਖ ਬੜੀ ਲੱਗ ਗਈ ਹੈ। ਲੁਧਿਆਣਾ ਬਣਿਆ ਪਿਆ। ਸਹੀ ਗੱਲ ਹੈ ਯਾਰ, ਅੱਜ ਬਹੁਤ ਰਸ਼ ਮਿਲ ਰਿਹਾ। ਸਹੀ ਹੈ, ਕਦੀ ਸਾਡੀ ਲਾਈਨ ਰੁਕ ਜਾਂਦੀ, ਕਦੀ ਪਰਲੀ ਰੁਕ ਜਾਂਦੀ ਹੈ, ਇਹੀ ਚੱਲੀ ਜਾ ਰਿਹਾ ਪਿਛਲੇ ਅੱਧੇ ਘੰਟੇ ਤੋਂ, ਭੁੱਖ ਲੱਗਣੀ ਸ਼ੁਰੂ ਹੋ ਗਈ। ਹਾਂ ਯਾਰ, ਇਹ ਨਾ ਸਵੇਰ ਦਾ ਇੱਕੋ ਵਾਰੀ ਖਾਧਾ ਭਾਜੀ, ਇੱਥੇ ਵੀ ਇੰਨੀ ਗਰਮੀ ਪੈਂਦੀ, ਉਹਦੇ ਕੋਲ ਪਿਘਲ ਜਾਂਦਾ ਪਲਾਸਟਿਕ। ਵਾਹ ਵਾਹ, ਪਿਘਲਿਆ ਪਲਾਸਟਿਕ, ਕਮਾਲ ਹੋ ਗਈ ਹੈ। ਮੈਨੂੰ ਲੱਗਦਾ ਅੰਦਰੋਂ ਲਾਈਟ ਦਾ ਤਾਰਾਂ ਦਾ ਪਟਾਕਾ ਪੈ ਗਿਆ ਹੁਣ।
ਹੋਮਮੇਡ ਪੀਜ਼ਾ ਇਟਾਲੀਅਨ ਸਟਾਈਲ ਹੈ ਇਟਾਲੀਅਨ ਸਟਾਈਲ ਕੀ ਬਾਤ ਹੈ ਇਟਲੀ ਵਾਲਿਆਂ ਦੀ ਫੈਮਿਲੀ ਚ ਆਏ ਆ ਪਹਿਲਾਂ ਇਹ ਸਾਲ ਪਰਿਵਾਰ ਇਟਲੀ ਰਹਿੰਦਾ ਹੁੰਦਾ ਸੀਗਾ ਵਾਹ ਇਹ ਸਾਰੇ ਕੀਰਤਨੀਆਂ ਦਾ ਪਰਿਵਾਰ ਹੈ ਭਾਈ ਸਾਹਿਬ ਜੀ ਸਾਰੇ ਕੀਰਤਨੀਆਂ ਨੇ ਸੋ ਇਟਲੀ ਸਟਾਈਲ ਪੀਜ਼ਾ ਬਣਾਇਆ ਇਹਨਾਂ ਨੇ ਵਾਹ ਜੀ ਵਾਹਿਗੁਰੂ ਵਾਹਿਗੁਰੂ ਕੋਈ ਨੀ ਲੈ ਜਾਣਾ ਇਹਨੇ ਇੱਧਰੋਂ ਹੀ ਕੋਈ ਨੀ ਲਓ ਜੀ ਆਲਮੋਸਟ ਪਹੁੰਚ ਗਏ ਹੋਏ ਆ ਜੀ ਸਿਕਵੈਂਟਰੀ ਹਾਈ ਲਾਈਟ ਜਗਾਈਏ ਅਤੇ ਪਹੁੰਚ ਗਏ ਹੋਏ ਹਾਂ ਜੀ ਆਪਾਂ ਕੁਐਂਟਰੀ ਅਤੇ ਵਲੋਗ ਦੀ ਕਰਦੇ ਹਾਂ ਸਮਾਪਤੀ ਕੱਲ੍ਹ ਸਾਡਾ ਹੈਗਾ ਜੀ ਲੰਡਨ ਕੀਰਤਨ ਰੈਡਿੰਗ ਸ਼ਾਮ ਦਾ ਕੀਰਤਨ ਅਤੇ ਉੱਥੇ ਜਾ ਕੇ ਸਤਿਗੁਰਾਂ ਦੀ ਬਾਣੀ ਗਾਇਨ ਕਰਾਂਗੇ ਕੀਰਤਨ ਕਰਾਂਗੇ ਰਲ ਮਿਲ ਕੇ ਅਤੇ ਇਸ ਵਕਤ ਲਈ ਇਤਨੀ ਹਾਜ਼ਰੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਕਲਾਂ ਦੇਖ ਲਓ ਜੀ ਸਾਰਿਆਂ ਦੀਆਂ ਉਹੀ ਉਹੀ ਹੈ ਮੈਂ ਵੀ ਉਹੀ ਹਾਂ ਕਈ ਵਾਰੀ ਹਨੇਰੇ 'ਚ ਪਤਾ ਨਹੀਂ ਲੱਗਦਾ